ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨੇ ਬਹੁਤ ਵੱਡੇ ਦੁੱਖ ਝੱਲੇ ਆ। ਕਦੀ ਅੱਤਵਾਦ ਦਾ ਸਾਇਆ ਮਡਰਾਇਆ ਅਤੇ ਕਦੀ ਹੜ੍ਹਾਂ ਨੇ ਹੀ ਪੰਜਾਬ ਨੂੰ ਉੱਠਣ ਨਹੀਂ ਦਿੱਤਾ। ਇਸ ਵੇਲੇ ਫਿਰ 3 ਦਹਾਕੇ ਬਾਅਦ ਪੰਜਾਬ ਉੱਤੇ ਹੜ੍ਹਾਂ ਦੀ ਮਾਰ ਪਈ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਇਸ ਵੇਲੇ ਦੁਆਬਾ ਆ ਪੰਜਾਬ ਦੇ ਵਿੱਚ, ਅਤੇ ਅਸੀਂ ਅੱਜ ਤੁਹਾਨੂੰ ਗਰਾਊਂਡ ਲੈਵਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਇਸ ਦੁਆਬੇ ਦੇ ਵਿੱਚ ਕਿੰਨੇ ਲੋਕ ਪ੍ਰਭਾਵਿਤ ਹੋਏ ਨੇ ਅਤੇ ਕਿਹੜੇ ਕਿਹੜੇ ਘਰ ਬੰਨ ਟੁੱਟਣ ਦੇ ਨਾਲ ਹੜ੍ਹਾਂ ਦੀ ਚਪੇਟ ਦੇ ਵਿੱਚ ਆਏ ਨੇ। ਭਾਰੀ ਬਰਸਾਤ ਦੇ ਕਾਰਨ ਬਣੀ ਹੜ੍ਹ ਵਾਲੀ ਸਥਿਤੀ 'ਤੇ ਗਰਾਊਂਡ ਰਿਪੋਰਟ ਦਿਖਾਵਾਂਗੇ ਜਲੰਧਰ ਦੇ ਪਿੰਡ ਜਾਣੀਆਂ ਦੀ, ਜਿੱਥੇ ਪੂਰੇ ਪਿੰਡ 'ਚ 10 ਤੋਂ 12 ਫੁੱਟ ਤੱਕ ਪਾਣੀ ਭਰ ਗਿਆ। ਸਭ ਤੋਂ ਪਹਿਲਾਂ ਇਸ ਏਰੀਏ ਦੇ ਵਿੱਚ ਜਦੋਂ ਬੰਨ ਟੁੱਟਾ ਸੀ ਤਾਂ ਇਸ ਇਲਾਕੇ ਦੇ ਉੱਪਰੋਂ ਟੁੱਟਾ ਸੀ। ਅਸੀਂ ਇਹ ਪਿੰਡ ਜਾਣੀਆਂ ਦੇ ਵਿੱਚ ਹੈਗੇ ਹਾਂ, ਜਿੱਥੋਂ ਤੁਸੀਂ ਦੇਖ ਸਕਦੇ ਹੋ ਕਿ ਬੰਨ ਜਿਹੜਾ ਆ ਉਹ ਟੁੱਟਾ ਸੀਗਾ। ਹਾਲਾਂਕਿ ਇੱਥੋਂ ਪਹਿਲਾਂ ਥੋੜ੍ਹਾ ਪਾੜ ਪਿਆ ਸੀ, ਪਰ ਪਾਣੀ ਦਾ ਫਲੋ ਇੰਨਾ ਤੇਜ਼ ਸੀਗਾ ਕਿ ਹੁਣ ਪਾੜ ਤੁਸੀਂ ਦੇਖ ਸਕਦੇ ਹੋ। ਇੱਕ ਪਾਸੇ ਲੋਕ ਸੇਵਾ ਕਰ ਰਹੇ ਨੇ ਅਤੇ ਦੂਜੇ ਪਾਸੇ ਕੋਈ ਨਹੀਂ ਹੈ, ਕਿਉਂਕਿ ਉੱਧਰ ਦਾ ਰਸਤਾ ਬੰਦ ਹੋ ਚੁੱਕਾ ਸੀ। ਤਾਂ ਆਰਮੀ ਨੂੰ ਇਹੀ ਹੁਣ ਇੱਕ ਟਾਸਕ ਆ ਕਿ ਇੰਨੇ ਪਾਣੀ ਦੇ ਫਲੋ ਦੇ ਵਿੱਚ ਇਸ ਬੰਨ ਨੂੰ ਬੰਨਣਾ ਆ, ਅਤੇ ਲੋਕ ਸਾਥ ਦੇ ਰਹੇ ਆ, ਪਰ ਆਰਮੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇੱਥੇ ਜਦੋਂ ਤੱਕ ਪਾਣੀ ਦਾ ਫਲੋ ਘੱਟ ਨਹੀਂ ਹੁੰਦਾ ਉਦੋਂ ਤੱਕ ਕੁਝ ਵੀ ਨਹੀਂ ਕੀਤਾ ਜਾ ਸਕਦਾ, ਸੰਭਵ ਨਹੀਂ ਆ। ਹਾਲਾਤ ਇਹ ਨੇ ਕਿ ਲੋਕ ਆਪਣੇ ਨਾਲ ਨਾਲ ਪਸ਼ੂਆਂ ਨੂੰ ਵੀ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜਾ ਕੇ ਆਪਣੀ ਜਾਨ ਬਚਾ ਦਿਨ ਕੱਟਣ ਲਈ ਮਜਬੂਰ ਨੇ। ਨਾਲ ਹੀ ਇਸ ਪਾਣੀ ਦਾ ਅਸਰ ਇਸ ਪਿੰਡ 'ਚ ਰਹਿਣ ਵਾਲੇ ਬੱਚਿਆਂ ਦੀ ਪੜ੍ਹਾਈ 'ਤੇ ਵੀ ਪੈ ਰਿਹਾ, ਜੋ ਇਸ ਪਾਣੀ ਦੇ ਕਾਰਨ ਕਈ ਦਿਨਾਂ ਤੋਂ ਸਕੂਲ ਨਹੀਂ ਜਾ ਪਾਏ। ਸਰ, ਸਾਰੇ ਜਾਣਦੇ ਜੀ, ਇੱਥੇ ਅੱਜ ਤੱਕ ਕਦੀ ਕਿਸੇ ਨੇ ਸਾਰ ਨਹੀਂ ਲਈ ਕੰਢੀ ਏਰੀਏ ਦੀ। ਸਰ ਦੇਖੋ ਜੀ, ਇੰਨਾ ਦੁਖੀ ਹੋਏ ਆ, ਪਰੇਸ਼ਾਨ ਹੋਏ। ਦੇਖੋ ਜੀ ਸਾਡੇ, ਸਰ ਉੱਧਰ ਦੇਖੋ, ਉੱਧਰ ਸਰ ਪਲੀਜ਼ ਦੇਖਿਓ। ਰਿਕੁਐਸਟ ਆ ਸਰ, ਸਾਡੇ ਜੋ ਵੀ ਜਾਨਵਰ ਪਾਲੇ ਹੋਏ ਆ, ਪੁੱਤਾਂ ਵਾਂਗੂ ਪਾਲੇ ਹੋਏ ਆ, ਪਰ ਸਰ ਅਸੀਂ ਛੱਡ ਕੇ ਨਹੀਂ ਜਾ ਸਕਦੇ, ਸਾਡੀ ਮਜਬੂਰੀ ਆ ਜੀ। ਪਰ ਸਰ ਦੇਖੋ, ਇਹ ਵੀ ਇਨਸਾਨ ਹੀ ਆ ਜਿਹੜੀ ਸੇਵਾ ਕਰਦੇ ਪਏ ਲੋਕਾਂ ਦੀ। ਸਰ ਸਾਡਾ ਦੇਖੋ ਜੀ, ਫਸਲ ਸਾਰੀ ਇੱਧਰ ਦੇਖ ਲਓ ਸਰ, ਫਸਲ ਵੀ ਖਰਾਬ ਹੋ ਗਈ ਆ, ਅੰਤ ਹੋ ਗਿਆ ਜੀ। ਬਾਕੀ ਸਰ ਅੱਜ ਦੇਖੋ, ਸਾਡੇ ਜਾਨਵਰ ਭੁੱਖੇ ਪਏ, ਸਾਡੀ ਤੂੜੀ ਖਰਾਬ ਹੋ ਗਈ ਸਰ, ਸਾਡਾ ਸਾਰਾ ਕੁਛ ਹੀ ਐਂਡ ਹੋ ਗਿਆ ਜੀ। ਸਾਨੂੰ 4-5 ਦਿਨ ਹੋ ਗਏ ਕਿ ਨਹੀਂ ਗਿਆ ਸਕੂਲ ਹੈਗੇ, ਪਾਣੀ ਬਹੁਤ ਹੈਗਾ ਵਾ ਇਸ ਕਰਕੇ। ਹਾਂਜੀ, ਬਹੁਤ ਹੋ ਗਿਆ ਨੁਕਸਾਨ। ਹਾਂਜੀ ਹੈਗੀ ਆ, ਮੈਂ 7th 7th ਨਹੀਂ, ਸਕੂਲ ਵਾਲਿਆਂ ਨੇ ਵੀ ਛੁੱਟੀਆਂ ਕੀਤੀਆਂ, ਪਹਿਲਾਂ ਹੀ ਕਿ ਨਾ ਅਸੀਂ ਕਰ ਲਈਆਂ ਛੁੱਟੀਆਂ, ਤੇ ਹੁਣ ਉਹਨਾਂ ਨੇ ਕੀਤੀਆਂ, 2 ਕੁ ਕੀਤੀਆਂ ਛੁੱਟੀਆਂ, ਅੱਜ ਦੀ ਤੇ ਕੱਲ ਦੀ ਛੁੱਟੀ ਸੀ। ਬਹੁਤ ਦੁੱਖ ਹੈਗਾ ਵਾ ਅੰਕਲ, ਕੀ ਕਰੀਏ ਹੁਣ, ਮਜਬੂਰੀ ਆ। ਲਗਾਤਾਰ ਵੱਧ ਰਹੇ ਪਾਣੀ ਨੇ ਸਥਿਤੀ ਇੰਨੀ ਵਿਗਾੜ ਦਿੱਤੀ ਹੈ ਕਿ ਸਰਕਾਰ ਅਤੇ ਫੌਜ ਵੱਲੋਂ ਇਸ ਸਥਿਤੀ 'ਚ ਫਸੇ ਲੋਕਾਂ ਲਈ ਦਿੱਤੀ ਜਾਣ ਵਾਲੀ ਸਮੱਗਰੀ ਵੀ ਹੈਲੀਕਾਪਟਰ ਰਾਹੀਂ ਦਿੱਤੀ ਜਾ ਰਹੀ ਹੈ, ਕਿਉਂਕਿ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਹੈ ਕਿ ਕਈ ਜਗ੍ਹਾ ਤੇ ਕਿਸ਼ਤੀਆਂ ਵੀ ਨਹੀਂ ਜਾ ਸਕਦੀਆਂ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹੜ੍ਹ ਦੀ ਸਥਿਤੀ ਜਿਹੜੀ ਹੈ ਦੁਆਬਾ ਏਰੀਏ ਦੇ ਵਿੱਚ ਬਣੀ ਹੋਈ ਹੈ। ਬੋਟਾਂ ਦੇ ਰਾਹੀਂ ਆਰਮੀ ਸਮਾਨ ਰਾਹਤ ਸਮੱਗਰੀ ਦੇ ਰਹੀ ਹੈ, ਅਤੇ ਹੈਲੀਕਾਪਟਰ ਦੇ ਰਾਹੀਂ ਉੱਪਰੋਂ ਦੀ, ਜਿੱਥੇ ਜ਼ਿਆਦਾ ਦੂਰ ਇਲਾਕਾ ਹੈਗਾ ਆ ਤਾਂ ਉੱਥੋਂ ਹੈਲੀਕਾਪਟਰ ਦੇ ਰਾਹੀਂ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਨੇ ਆਰਮੀ ਨੂੰ ਕਿਹਾ ਸੀ ਕਿ ਹੈਲੀਕਾਪਟਰ ਜਿਹੜੇ ਆ ਉਹ ਭੇਜੇ ਜਾਣ ਇਸ ਏਰੀਏ ਦੇ ਵਿੱਚ, ਕਿਉਂਕਿ ਸਾਰੇ ਰਸਤੇ ਜਿਹੜੇ ਆ ਉਹ ਪੂਰੀ ਤਰ੍ਹਾਂ ਬੰਦ ਹੋ ਗਏ ਸੀ। ਅਤੇ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਰਾਹਤ ਸਮੱਗਰੀ ਆਰਮੀ ਦੇ ਵੱਲੋਂ, ਸਾਫ ਦੇਖ ਸਕਦੇ ਹੋ ਕਿ ਆਰਮੀ ਦਾ ਜਵਾਨ ਜੋ ਦੇਸ਼ ਲਈ ਤੱਤਪਰ ਰਹਿੰਦਾ ਹਰ ਵੇਲੇ, ਉਹ ਆਪਣੀ ਜਾਨ 'ਤੇ ਖੇਡ ਕੇ ਵੀ ਲੋਕਾਂ ਦੀ ਸੇਵਾ ਲਈ, ਦੇਸ਼ ਦੀ ਸੇਵਾ ਲਈ ਹਾਜ਼ਰ ਰਹਿੰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਰਾਹਤ ਸਮੱਗਰੀ ਕਿਸ ਤਰੀਕੇ ਦੇ ਨਾਲ ਉੱਪਰੋਂ ਬੋਰੇ ਭਰ ਭਰ ਕੇ ਸਿੱਟੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਸਮਾਨ ਕਾਫੀ ਹੈਗਾ, ਅਤੇ ਪੀਣ ਵਾਲਾ ਪਾਣੀ, ਬਿਸਕਿਟ ਦੇ ਪੈਕਟ, ਹੋਰ ਜੋ ਡਰਾਈ ਸਮੱਗਰੀ ਹੈਗੀ ਆ ਉਹ ਇਸ ਹੈਲੀਕਾਪਟਰ ਦੇ ਰਾਹੀਂ ਉੱਪਰੋਂ ਹੀ ਸਿੱਟੀ ਜਾ ਰਹੀ ਆ। ਆਰਮੀ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਾ ਆਵੇ। ਹੇਠਾਂ ਤੋਂ ਜੇ ਗੱਲ ਕਰੀਏ ਤਾਂ ਆਰਮੀ ਦੇ ਜਵਾਨ ਬੋਟ ਰਾਹੀਂ ਜਿਹਦੇ ਵਿੱਚ ਅਸੀਂ ਬੈਠੇ ਹਾਂ, ਅਤੇ ਉੱਪਰੋਂ ਉਹ ਆਰਮੀ ਦੇ ਜਵਾਨ ਹਵਾ ਦੇ ਰਾਹੀਂ ਉੱਪਰੋਂ ਦੀ ਸਿੱਟ ਰਹੇ ਆ ਸਮੱਗਰੀ, ਜਿੱਥੇ ਬੋਟਾਂ ਨਹੀਂ ਜਾ ਸਕਦੀਆਂ ਕਿਉਂਕਿ ਪਾਣੀ ਦਾ ਵਹਾਅ ਵੀ ਕਈ ਜਗ੍ਹਾ ਦੇ ਉੱਪਰ ਤੇਜ਼ ਆ। ਅਤੇ ਹੈਲੀਕਾਪਟਰ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਮੱਗਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਸਰਕਾਰ ਵੱਲੋਂ ਮੁਸ਼ਕਿਲ ਹਾਲਾਤ 'ਚ ਫਸੇ ਇਸ ਪਿੰਡ ਦੇ ਲੋਕਾਂ ਦੀ ਮਦਦ ਲਈ ਜ਼ਿੰਮੇਵਾਰੀ ਫੌਜ ਨੂੰ ਦਿੱਤੀ ਗਈ ਹੈ।
ਜਿਨ੍ਹਾਂ ਮੁਤਾਬਿਕ ਅਜਿਹੀ ਸਥਿਤੀ 'ਚ ਕਾਬੂ ਪਾਉਣ ਲਈ ਪੂਰੀ ਜੱਦੋਜਹਿਦ ਦੇ ਬਾਵਜੂਦ ਵੀ 15 ਤੋਂ 20 ਦਿਨ ਲੱਗ ਸਕਦੇ ਨੇ। ਹਮੇਸ਼ਾ ਜੋ ਦੇਸ਼ ਦੀ ਸੇਵਾ ਕਰਦੇ ਨੇ ਉਹ ਇਸ ਵੇਲੇ ਪੰਜਾਬ ਦੀ ਸੇਵਾ ਕਰ ਰਹੇ ਨੇ, ਅਤੇ ਸਾਡੇ ਨਾਲ ਕੈਪਟਨ ਰਾਵਤ ਹੈਗੇ ਆ ਜੋ ਰਾਹਤ ਸਮੱਗਰੀ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਹੇ ਆ ਬੇੜੀ ਦੇ ਥਰੂ। ਕੈਪਟਨ ਸਾਹਿਬ, ਸਥਿਤੀ ਕਿਆ ਹੈ ਯਹਾਂ ਪਰ? ਸਥਿਤੀ ਅਭੀ ਇਹ ਹੈ, ਮੋਸਟਲੀ ਜੋ ਸਮਾਨ ਲਾਣੇ ਵਾਲੇ ਔਰ ਆਨੇ ਜਾਣੇ ਵਾਲੀ ਰੋਡੇ ਹੈ ਔਰ ਜੋ ਵੀ ਰਸਤੇ ਹੈ ਉਹ ਸਾਰੇ ਟੁੱਟ ਚੁੱਕੇ ਹੈ, ਐਂਡ ਜੋ ਮੋਸਟ ਇੰਪੋਰਟੈਂਟ ਲੋਕ ਉਹ ਨਹੀਂ ਪਹੁੰਚ ਰਿਹਾ ਉਹ ਹੈ ਫਰੈਸ਼ ਪਾਣੀ ਔਰ ਖਾਣਾ ਜੋ ਡੇਲੀ ਰੋਜ਼ਗਾਰ ਕੇ ਲਈ ਚਾਹੀਏ, ਐਂਡ ਇਲੈਕਟ੍ਰੀਸਿਟੀ ਨਹੀਂ ਹੈ ਲੋਕਾਂ ਕੇ ਪਾਸ, ਕਹੀਂ ਜਾ ਨਹੀਂ ਸਕਤੇ ਹੈ, ਪਸ਼ੂ ਜਾਨਵਰ ਘਰ ਪਰ ਹੈ, ਘਰ ਨਹੀਂ ਛੋੜ ਸਕਤੇ ਹੈ, ਤੋ ਇਹ ਤੰਗੀ ਆ ਰਹੀ ਹੈ। ਲੋਕ ਕਾਫੀ ਐਕਸਪੀਰੀਅੰਸ ਰਹਾ ਹੋਗਾ, ਆਪਣੇ ਪਹਿਲੇ ਵੀ ਇਹ ਫਲੱਡ ਵਗੈਰਾ ਕਵਰ ਕੀਏ ਹੋਗੇ, ਤੋ ਆਪਕੋ ਕਿਆ ਲੱਗਤਾ ਹੈ ਕਿ ਕਿਤਨਾ ਸਮਾਂ ਲੱਗੇਗਾ ਇਸ ਕੀ ਰਿਕਵਰੀ ਕੇ ਲੀਏ? ਅਭੀ ਜੈਸਾ ਕਿ ਅਭੀ ਹਮੇ ਵੀ ਪਤਾ ਚੱਲ ਰਿਹਾ ਹੈ ਕਿ ਪਾਣੀ ਕਿਤਨਾ ਛੂਟ ਰਿਹਾ ਔਰ ਪਾਣੀ ਕਿਤਨਾ ਆਇਆ ਜਾ ਰਿਹਾ ਹੈ, ਤੋ ਜੋ ਜੈਸਾ ਕਿ ਆਪ ਦੇਖ ਸਕਤੇ ਜੋ ਫਲੋ ਹੈ ਪਾਣੀ ਕਾ ਯਹਾਂ ਪੇ ਵੋ ਰੁਕ ਨਹੀਂ ਰਿਹਾ ਹੈ ਔਰ ਕੰਟੀਨਿਊਸਲੀ ਉਸਕੀ ਹਾਈਟ ਵੀ ਔਰ ਡੈਪਥ ਵੀ ਬੜਤੀ ਜਾ ਰਹੀ ਹੈ, ਤੋ ਜੋ ਹਮਾਰਾ ਕਾਮ ਹੈ ਵੋ ਵੀ ਰੁਕ ਰਿਹਾ ਹੈ, ਐਂਡ ਜੈਸੇ ਹਮੇ ਕਾਮ ਟਾਸਕ ਦਿਆ ਗਿਆ ਬ੍ਰਿਜ ਬਣਾਉਣ ਕਾ, ਤੋ ਵੋ ਲੇਗਾ ਕਮ ਸੇ ਕਮ 2 ਸੇ 2.5 ਹਫਤੇ ਬਣਾਉਣ ਕੇ ਲਈ, ਉਸਕੇ ਬਾਅਦ ਜੋ ਬਾਕੀ ਬ੍ਰਿਜਸ ਟੁੱਟੇ ਆਗੇ ਬਾਂਧ ਟੁੱਟੇ ਹੋਏ ਹੈ ਜਹਾਂ ਪੇ ਹਮੇ ਔਰ ਆਗੇ ਕੰਟੀਨਿਊਸ ਪ੍ਰੋਗਰੈਸ ਕਰਨੀ ਹੈ ਵੋ ਵੀ ਕੰਟੀਨਿਊ ਆਗੇ ਕਰਨੇ ਪੜੇਗੇ, ਤੋ ਲੇਗਾ ਕਮ ਸੇ ਕਮ ਇਸ ਕਾਮ ਕੋ ਕਰਨੇ ਮੇਂ ਅਗਰ ਪਾਣੀ ਕਾ ਲੈਵਲ ਜੋ ਹੈ ਵੋ ਵੀ ਕਮ ਹੋਤਾ ਰਹਤਾ ਸਾਥ ਸਾਥ, ਤੋ ਹਮੇ 15 ਸੇ 20 ਦਿਨ ਲੱਗ ਜਾਏਂਗੇ ਕਰਨੇ ਮੇਂ ਪੂਰਾ। ਸੋ ਤੁਸੀਂ ਦੇਖਿਆ ਕਿ ਇਸ ਏਰੀਏ ਦੇ ਵਿੱਚ ਹੜ੍ਹ ਨੇ ਕਿਸ ਤਰੀਕੇ ਦੇ ਨਾਲ ਮਾਰ ਕੀਤੀ ਆ। ਅਸੀਂ ਇਸ ਵੇਲੇ ਲੋਹੀਆਂ ਦੇ ਇਲਾਕੇ ਦੇ ਵਿੱਚ ਹਾਂ ਜਿੱਥੇ ਹੜ੍ਹ ਨੇ ਘੱਟੋ ਘੱਟ ਇਸ ਏਰੀਏ ਦੇ ਵਿੱਚ 10 ਤੋਂ 15 ਫੁੱਟ ਤੱਕ ਪਾਣੀ ਇੱਥੇ ਖੜ੍ਹਾ ਆ, ਅਤੇ ਜਿਹੜੀ ਮਾਰ ਇੱਥੋਂ ਦੇ ਲੋਕਾਂ ਨੂੰ ਪਈ ਆ ਸ਼ਾਇਦ ਹੀ ਆ ਕਿ ਉਹ 10 ਤੋਂ 15 ਸਾਲ ਤੱਕ ਉੱਠ ਪਾਉਣ, ਕਿਉਂਕਿ 1988 ਦੇ ਵਿੱਚ ਇਸ ਏਰੀਏ ਦੇ ਵਿੱਚ ਹੜ੍ਹ ਆਏ ਸੀਗੇ, ਉਸ ਤੋਂ ਬਾਅਦ ਕਿਸਾਨ ਇੱਥੋਂ ਦੇ ਲੋਕ ਮਸਾਂ ਹੀ ਕਿਤੇ ਪੈਰਾਂ ਦੇ ਉੱਪਰ ਖੜ੍ਹੇ ਹੋਏ ਸੀਗੇ, ਪਰ ਹੁਣ ਇਸ ਹੜ੍ਹ ਨੇ ਦੁਬਾਰਾ ਇੱਥੋਂ ਦੇ ਲੋਕਾਂ ਨੂੰ ਸਿੱਟ ਦਿੱਤਾ ਹੈ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਲੋਹੀਆਂ। ਆਈ ਐਮ ਸੁਪ੍ਰਿਆ ਗੇਰਾ, ਆਈ ਐਮ 20 ਈਅਰ ਇੰਜੀਨੀਅਰਿੰਗ ਸਟੂਡੈਂਟ। ਸੋ ਆਈ ਜੁਆਇਨ ਬੋਡੀ ਫੈਬ ਅਬਾਊਟ 3 ਟੂ 4 ਮੰਥਸ ਬੈਕ, ਐਂਡ ਮੈਨੇ ਆਪਣੀ ਵੇਟ ਲੋਸ ਜਰਨੀ 84 ਕੇਜੀ ਸੇ ਸਟਾਰਟ ਕਰੀ ਥੀ, ਐਂਡ ਨਾਓ ਆਮ ਅਬਾਊਟ 69 ਕੇਜੀ। ਆਈ ਸਟਰੋਂਗਲੀ ਰਿਕਮੈਂਡ ਜੋ ਆਪਣਾ ਵੇਟ ਲੋਸ ਕਰਨਾ ਚਾਹਤੇ ਹੈ, ਜੋ ਓਬੇਸਿਟੀ ਸੇ ਬਾਹਰ ਆਉਣਾ ਚਾਹਤੇ ਹੈ, ਜੋ ਆਪਣੇ ਹੈਲਥ ਇਸ਼ੂਜ਼ ਕੋ ਇੰਪਰੂਵ ਕਰਨਾ ਚਾਹਤੇ ਹੈ, ਆਪਣੀ ਈਟਿੰਗ ਹੈਬਿਟਸ ਕੋ ਇੰਪਰੂਵ ਕਰਨਾ ਚਾਹਤੇ ਹੈ, ਬੋਡੀ ਫੈਬ ਇਜ਼ ਦ ਰਾਈਟ ਪਲੇਸ ਟੂ ਗਾਈਡ ਯੂ। ਸਜਣਾ